ਇਸ ਵੇਲੇ ਦੀ ਬਹੁਤ ਵੱਡੀ ਖਬਰ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਗੋਲੀਆਂ ਚੱਲੀਆਂ ਨੇ, ਹੜਕੰਪ ਮੱਚ ਗਿਆ, ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਗੋਲੀ ਦੀਆਂ ਆਵਾਜ਼ਾਂ ਅਤੇ ਸਾਇਰਨ ਦੀਆਂ ਆਵਾਜ਼ਾਂ ਸਾਫ਼ ਤੌਰ ਤੇ ਸੁਣਾਈ ਦੇ ਰਹੀਆਂ ਨੇ। ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ, ਬਾਹਰੀ ਫੋਰਸ ਆ ਜਿਹੜੀ ਉਹ ਵੀ ਬੁਲਾਈ ਗਈ ਹੈ, CRPF ਦੇ ਜਵਾਨ ਨੇ ਜਿਹੜੇ ਉਹ ਵੀ ਮੌਕੇ ਤੇ ਬੁਲਾਏ ਗਏ ਨੇ। SSP ਗੁਰਦਾਸਪੁਰ ਤੇ DC ਇਸ ਵੇਲੇ ਜੇਲ੍ਹ ਦੇ ਵਿੱਚ ਮੌਜੂਦ ਨੇ। ਆਖਿਰਕਾਰ ਕਿਹੜੀ ਵਜ੍ਹਾ ਦੇ ਕਰਕੇ ਗੋਲੀ ਚੱਲੀ ਇਸ ਬਾਰੇ ਪਤਾ ਕੀਤਾ ਜਾ ਰਿਹਾ। ਗੋਲੀਬਾਰੀ ਦੇ ਮੌਕੇ ਇੱਕ ਪੁਲਿਸ ਦਾ ਜਵਾਨ ਵੀ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜੇਲ੍ਹ ਦੇ ਵਿੱਚ ਮੌਜੂਦ ਹੈ। ਬੰਦ ਕੈਦੀਆਂ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ, ਜਿਸ ਤੋਂ ਬਾਅਦ ਹਾਲਾਤਾਂ ਨੂੰ ਸਾਂਭਣ ਦੇ ਲਈ CRPF ਦੇ ਜਵਾਨ ਬੁਲਾਏ ਗਏ ਨੇ। ਸਾਇਰਨ ਦੀਆਂ ਆਵਾਜ਼ਾਂ ਅਤੇ ਗੋਲੀ ਦੀਆਂ ਆਵਾਜ਼ਾਂ ਸਾਫ਼ ਤੌਰ ਤੇ ਸੁਣਾਈ ਦੇ ਰਹੀਆਂ ਨੇ। ਤਾਂ ਦੱਸਦੇ ਆ ਕਿ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਗੋਲੀਆਂ ਚੱਲੀਆਂ ਨੇ, ਗੋਲੀ ਦੀਆਂ ਆਵਾਜ਼ਾਂ ਦੂਰ ਦੂਰ ਤੱਕ ਸੁਣਾਈ ਦਿੱਤੀਆਂ, ਸਾਇਰਨ ਆ ਜਿਹੜਾ ਉਹ ਵੀ ਵੱਜ ਰਿਹਾ। ਬਾਹਰੀ ਪੁਲਿਸ ਆ ਜਿਹੜੀ ਦੱਸਦੀ ਹੈ ਕਿ CRPF ਦੇ ਜਵਾਨ ਅਤੇ ਹੋਰ ਫੋਰਸ ਮੌਕੇ ਤੇ ਪਹੁੰਚ ਗਈ। SSP ਗੁਰਦਾਸਪੁਰ ਅਤੇ DC ਇਸ ਵੇਲੇ ਜੇਲ੍ਹ ਦੇ ਵਿੱਚ ਮੌਜੂਦ ਨੇ। ਆਖਿਰਕਾਰ ਕਿਸ ਵਜ੍ਹਾ ਦੇ ਕਰਕੇ ਹਾਲਾਤ ਨੇ ਜਿਹੜੇ ਉਹ ਵਿਗੜੇ ਔਰ ਕਿਸ ਤਰੀਕੇ ਦੇ ਨਾਲ ਪੂਰੀ ਝੜਪ ਹੋਈ, ਇਸ ਬਾਰੇ ਪਤਾ ਕਰਨ ਦੇ ਵਿੱਚ ਸੀਨੀਅਰ ਅਧਿਕਾਰੀ ਲੱਗੇ ਹੋਏ ਨੇ। ਤਾਂ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ, ਪਰ ਗੋਲੀਬਾਰੀ ਹੋਈ ਹੈ ਜੇਲ੍ਹ ਦੇ ਵਿੱਚ। ਹੁਣ ਕਿਸ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ, ਇਹ ਜਾਂਚ ਦਾ ਵਿਸ਼ਾ ਔਰ ਪੁਲਿਸ ਦੇ ਬਿਆਨ ਤੋਂ ਬਾਅਦ ਹੀ ਪਤਾ ਚੱਲੇਗਾ। ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਜ਼ਬਰਦਸਤ ਹੰਗਾਮਾ ਕੀਤਾ ਗਿਆ, ਇੱਕ ਪੁਲਿਸ ਵਾਲਾ ਜ਼ਖਮੀ ਹੋਇਆ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ।